ਅੱਜ ਸਭ ਤੋਂ ਪਹਿਲਾਂ ਤਾਂ ਮੈਂ ਜਿੱਥੇ ਪਰਿਵਾਰ ਨਾਲ ਇਹ ਦੁੱਖ ਸਾਂਝਾ ਕਰਦਾ ਹਾਂ ਕਿ ਸਾਡੇ ਸਤਿਕਾਰਯੋਗ ਬਜ਼ੁਰਗ ਬਾਪੂ ਗਿਆਨ ਸਿੰਘ ਹੋਰਾਂ ਜਿਨ੍ਹਾਂ ਨੇ ਪੰਜਾਬ ਦੀ ਕਿਸਾਨੀ ਖਾਤਰ, ਦੇਸ਼ ਦੀ ਕਿਸਾਨੀ ਖਾਤਰ ਆਪਦੀ ਵੱਡੀ ਕੁਰਬਾਨੀ ਦਿੱਤੀ। ਉਹ ਇਹ ਗੱਲ ਸਰਕਾਰਾਂ ਨੂੰ ਵੀ ਇਸ ਗੱਲ ਤੋਂ ਸੰਕੋਚ ਕਰਨਾ ਚਾਹੀਦਾ। ਕਹਿ ਦਿੰਦੇ ਆ 2-3 ਡੈਥਾਂ ਜਿਹੜੀਆਂ ਹੋਈਆਂ ਨੇ ਕਿ ਹਾਰਟ ਅਟੈਕ ਕਰਕੇ, ਮਗਰ ਇਹਦਾ ਕੋਈ ਪੋਸਟਮਾਰਟਮ ਜਾਂ ਕੋਈ ਉਹਦਾ ਮੈਡੀਕਲ ਉਹਦਾ ਉਹ ਨਹੀਂ ਕਰਾਇਆ ਕਿ ਵਾਕਈ ਡੈਥ ਦਾ ਕਾਰਨ ਕੀ ਹੈ। ਜਿਵੇਂ ਮੈਨੂੰ ਵੀ ਇਸ ਗੱਲ ਦਾ ਭੁਲੇਖਾ ਸੀਗਾ ਕਿ ਸ਼ਾਇਦ ਇਹ ਡੈਥ ਹਾਰਟ ਅਟੈਕ ਨਾਲ ਹੋਈ ਆ, ਮਗਰ ਜੋ ਉੱਥੇ ਸੱਜਣ ਜਿਵੇਂ ਆ ਪ੍ਰਧਾਨ ਸਾਹਿਬ ਜਗਤਾਰ ਸਿੰਘ ਜੀ ਉੱਥੇ ਰਹੇ ਆ ਜਾਂ ਕਸ਼ਮੀਰ ਸਿੰਘ ਜੀ ਉਹਨਾਂ ਦੇ ਭਤੀਜਾ ਸਾਹਿਬ, ਇਹ ਸਾਰੇ ਦੱਸਦੇ ਆ ਕਿ ਊਂ ਬਹੁਤ ਵਧੀਆ ਸਿਹਤ ਸੀ, ਤੰਦਰੁਸਤ ਸਨ। ਕਾਰਨ ਹੈ ਕਿ ਜਿੰਨਾ ਅਥਰੂ ਗੈਸ ਉੱਥੇ ਸਿੱਟਿਆ ਗਿਆ, ਹੁਣ ਹਰੇਕ ਦੇ ਫੇਫੜੇ ਐਡੇ ਕਾਬਲ ਨਹੀਂ ਕਿ ਉਨਾ ਧੂੰਆਂ ਲੈ ਕੇ ਵੀ ਉਹ ਆਪਦੀ ਸਰੀਰਕ ਤੌਰ 'ਤੇ ਫਿੱਟ ਰਹਿਣ, ਔਰ ਇਹੀ ਕਾਰਨ ਬਣਿਆ ਕਿ ਸ਼ਾਇਦ ਜਿਹੜੀ ਡੈਥ ਦਾ ਕਾਰਨ ਬਣਿਆ। ਔਰ ਇਹ ਗੱਲ ਵਾਰ ਵਾਰ ਉਠਾਈ ਜਾ ਰਹੀ ਆ, ਜਿਹਦੇ ਬਾਰੇ ਨਾ ਤਾਂ ਪੰਜਾਬ ਸਰਕਾਰ ਕੁਛ ਕਹਿ ਰਹੀ ਹੈ ਅਤੇ ਨਾ ਹਰਿਆਣਾ ਸਰਕਾਰ ਤੋਂ ਤਾਂ ਚਲੋ ਕੀ ਆਸ ਅਸੀਂ ਰੱਖਣੀ ਜੀ, ਨਾ ਕੇਂਦਰ ਦੀ ਸਰਕਾਰ ਇਸ ਗੱਲ ਨੂੰ ਐਡਰੈਸ ਕਰ ਰਹੀ ਹੈ। ਦੇਖੋ ਕਿਸਾਨ ਹਲੇ ਬਾਰਡਰ 'ਤੇ ਨੇ, ਸ਼ੰਭੂ 'ਤੇ ਨੇ, ਔਰ ਉਹ ਏਰੀਏ 'ਤੇ ਨੇ ਜੋ ਪੰਜਾਬ ਦੀ ਧਰਤੀ ਆ, ਸਰਜ਼ਮੀਨ ਪੰਜਾਬ ਦੀ ਆ, ਔਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ। ਹੁਣ ਪੰਜਾਬ ਦੀ ਉਹ ਧਰਤੀ 'ਤੇ ਆ ਕੇ ਜੇ ਕੋਈ ਸਾਡੇ ਕਿਸਾਨਾਂ ਨੂੰ ਜਾਂ ਕਿਸੇ ਵਸਨੀਕ ਨੂੰ ਕਿਸੇ ਤਰੀਕੇ ਦਾ ਵੀ ਨੁਕਸਾਨ ਪਹੁੰਚਾਵੇ ਤਾਂ ਫਿਰ ਉਹਦੇ 'ਤੇ ਕਾਰਵਾਈ ਬਣਦੀ ਹੈ।